ਤੁਸੀਂ ਟਿਕਾਓ ਦੇਣਾ ਜੀ ਸਿਮਰਨ ਦੀ ਪੰਜਵੀਂ ਅਵਸਥਾ ਹਿਰਦੇ ਚ ਜਾ ਲਗਾਤਾਰ ਧੁਨ ਚੱਲਦੀ ਹੈ ਜਿਵੇਂ ਤੇਲ ਦੀ ਧਾਰ ਚੱਲਦੀ ਹੈ ਵਾਈਬ੍ਰੇਸ਼ਨ ਹੁੰਦੀ ਹੈ ਆਨੰਦ ਆਉਂਦਾ ਹੈ ਤੁਹਾਡੇ ਚੋਂ ਜਿਹਦਾ ਜਾਪ ਹਿਰਦੇ ਚ ਚਲਾ ਜਾਵੇ ਇਹ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਚ ਲਿਖਿਆ ਇੱਕ ਵਾਰੀ ਵਾਹਿਗੁਰੂ ਕਹੋ ਸੌ ਵਾਰੀ ਵਾਹਿਗੁਰੂ ਕਹਿਣ ਦਾ ਮਾਤਮ ਝੋਲੀ ਚ ਪੈਂਦਾ ਆਖੋ ਸਤਨਾਮ ਮਾਤਮ ਵੱਜ ਜਾਂਦਾ ਜਾਪ ਹਿਰਦੇ ਚਲਾ ਹੁਣ ਇੱਕ ਗੱਲ ਕਹਿ ਦਿਆਂ ਸੰਗਤ ਸਾਡੇ ਬਾਬੇ ਦਾ ਕੰਮ ਜਾਂ ਸਾਡਾ ਉਲਟਾ ਹੈ ਜਾਂ ਬਾਬਾ ਜੀ ਦਾ ਉਲਟਾ ਹੈ ਤੁਸੀਂ ਪੜ੍ਹੇ ਹੋਵੋਗੇ ਕੱਚੀ ਕਲਾਸ ਦੂਜੀ ਹੁਣ ਅੱਜ ਕੱਲ੍ਹ ਪਲੇ ਪੈਨ ਨਰਸਰੀ ਜਿਹੜੀ ਦੁਨਿਆਵੀ ਪੜ੍ਹਾਈ ਹੈ ਪਹਿਲੀ ਤੋਂ ਦੂਜੀ ਕਲਾਸ 'ਚ ਜਾਓ ਪੜ੍ਹਾਈ ਔਖੀ ਹੋ ਜਾਂਦੀ ਹੈ ਸੁਣਿਓ ਬੜੇ ਧਿਆਨ ਦੂਜੀ 'ਚੋਂ ਤੀਜੀ ਕਲਾਸ ਦੀ ਪੜ੍ਹਾਈ ਜਾਓ ਹੋਰ ਔਖੀ ਹੋ ਜਾਂਦੀ ਤੀਜੀ ਤੋਂ ਚੌਥੀ ਕਲਾਸ ਦੀ ਪੜ੍ਹਾਈ ਹੋਰ ਔਖੀ ਪੰਜਵੀਂ ਹੋਰ ਛੇਵੀਂ ਹੋਰ ਅੱਠਵੀਂ ਹੋਰ ਔਖੀ ਦਸਵੀਂ ਹੋਰ ਔਖੀ ਪੜ੍ਹਾਈ ਔਖੀ ਹੋ ਜਾਂਦੀ ਜਿਉਂ ਜਿਉਂ ਅੱਗੇ ਜਾਈ ਜਾਂਦੀ ਪਰ ਅੱਜ ਇੱਕ ਗੱਲ ਸੁਣ ਲਿਓ ਇਹ ਜਿਹੜੇ ਬਾਬੇ ਨਾਨਕ ਦਾ ਸਕੂਲ ਏ ਇਹਦੀ ਜਿਉਂ ਜਿਉਂ ਪੜ੍ਹਾਈ ਉੱਤੇ ਜਾਂਦੀ ਏ ਸੌਖੀ ਹੋਈ ਜਾਂਦੀ ਦੁਨਿਆਵੀ ਪੜ੍ਹਾਈ ਔਖੀ ਹੋਈ ਜਾਂਦੀ ਹੁਣ ਫਸਟ ਕਲਾਸ ਦੇ ਬੱਚੇ ਦਾ ਸਿਲੇਬਸ ਸੈਕਿੰਡ ਦਾ ਹੋਰ ਔਖਾ ਥਰਡ ਦਾ ਹੋਰ ਔਖਾ ਅਗਾਂਹ ਨੌਵੀਂ ਵਾਲੇ ਦਾ ਹੋਰ ਔਖਾ ਦਸਵੀਂ ਵਾਲੇ ਦਾ ਹੋਰ ਔਖਾ ਇੱਥੇ ਕੀ ਹੈ ਜੇ ਬੈਖਰੀ ਜਾਪ ਚੋ ਵਾਹਿਗੁਰੂ ਉਹ ਔਖਾ ਹੈ ਜਾਪ ਕੰਠ ਚ ਚਲਾ ਗਿਆ ਹੋਰ ਸੌਖਾ ਹੋ ਗਿਆ ਸੁਰਤੀ ਚ ਹੋਰ ਸੌਖਾ ਹੈ ਸਵਾਸਾਂ ਚ ਹੋਰ ਸੌਖਾ ਹੈ ਕਹਿੰਦੇ ਹਿਰਦੇ ਚਲਾ ਗਿਆ ਹੋਰ ਸੁੱਖ ਹੈ ਇਹ ਗੁਰਮੁਖਾਂ ਦੀ ਕਿਤਾਬ ਚ ਲਿਖਿਆ ਜੇ ਕਹਿੰਦੇ ਜਿਹੜੇ ਗੁਰੂ ਨਾਨਕ ਦੇ ਸਿਮਰਨ ਦੀ ਪੜ੍ਹਾਈ ਹੈ ਇਹ ਜਿਉਂ 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 ਤਾਂ ਨੂੰ ਜਾਂਦੀ ਹੈ ਸੌਖੀ ਹੋਈ ਜਾਂਦੀ ਹੈ ਇੰਨੀ ਸੌਖੀ ਹੋ ਜਾਂਦੀ ਹੈ ਜਿਹਦੇ ਤੇ ਤੁਹਾਡੇ ਤੇ ਕਿਰਪਾ ਹੋਵੇ ਜਾਪ ਹਿਰਦੇ ਚਲਾ ਗਿਆ ਹੋਵੇ ਪਾਣੀ ਚ ਲਿਖਿਆ ਪਾਣੀ ਚ ਜਦ ਤੱਕ ਬੈਖਰੀ ਚੋ ਵਾਹਿਗੁਰੂ ਆਖਣ ਔਖਾ ਸਾਚਾ ਜਾ ਭਿਰਦੇ ਚਲਾ ਗਿਆ ਉੱਥੇ ਕੀ ਅਵਸਥਾ ਆਉਂਦੀ ਹੈ ਗੋਰੀ ਕਿਹੜੀ ਵਸਤ ਤੋੜਦੇ ਵੀ ਟੁੱਟਦੀ ਛੱਡਦੇ ਵੀ ਛੱਡੀ ਨਹੀਂ ਜਾਂਦੀ ਦੇਖੋ
بابے دا سکول الٹا ہے، جیوں جیوں اگلی کلاس جاؤ گے سوکھی ہوئی جائے گی، پڑھائی سوکھی ہوئی جائے گی۔ منہ لالن سے پریت بنی توری نہ ٹوٹے چھوڑی نہ چھوڑی ایسی مارو ہر بن رہ نہ سکے من میرا، رہ نہ سکے نہ سکے رہ نہ سکے رہ نہ سکے نہ سکے من میرا من میرا، ہر بن رہ نہ سکے من میرا توری نہ ٹوٹے توری نہ ٹوٹے توری نہ ٹوٹے توری نہ ٹوٹے توری نہ وسطہ جاپ ہردے چ چلائے درشن کریو ایک سکھ دے، سارے برتی لے جاؤ کھنڈور صاحب، ماتا کھیوی جی لنگر دی ڈیوٹی مل گئی گرو انگد صاحب، انہ دی مدد کون کراؤں دا لنگر وچ؟ ماتا ورائی جی، ماتا ورائی تے کھنڈور صاحب دا چودھری جدا نا آیا تختو مل، یہ کول مجھاں سی، انہیں دودھ بھیجنا لنگر وچ، بھائی ویر سی نے لکھیا بھی اینو ویک کے ہور زمیندار بھی دودھ بھیجن لگ پے کھنڈور صاحب، ماتا کھیوی جی کہندے بھی دودھ بہت آن لگ پیا ہے، کیوں نہ ہوئے پرشادے تے دال دے نال دودھ دی کھیر بنا دیا کری، ماتا کھیوی جی نے کھیر شروع کرائی، لنگر دولت منڈی لنگر دولت منڈی لنگر رس امرت کھیر پیالی رس امرت کھیر پیالی رس امرت ہاں جی رس امرت کھیر پیالی رس امرت کھیر پیالی رس امرت ہاں جی رس امرت کھیر پیالی رس امرت کھیر پیالی ماتا کھیوی جی وہ دودھ دی کھیر بناؤ، سنے ہو جا ایک شریر جدا نا آیا جوت برہمن سی بھائی جوت ہی کہندے
ਆ ਕੇ ਕਹਿੰਦਾ ਮਾਤਾ ਜੀ ਮੈਂ ਆਪਣੀ ਜਨਮਾਂ ਜਨਮਾਂ ਦੀ ਮੈਲ ਲਾਉਣੀ ਚਾਹੁੰਦਾ ਵਾ, ਮੈਨੂੰ ਵੀ ਲੰਗਰ ਚ ਸੇਵਾ ਦੇ ਦੇ। ਇਹ ਸੁਣਨ ਵਾਲਾ ਬਚਨ ਜੀ ਮੈਨੂੰ ਬੜਾ ਹੀ ਆਨੰਦ ਆਇਆ, ਕਿਉਂਕਿ ਇਹ ਚੀਜ਼ਾਂ ਇਹ ਜਥਿਆਂ ਚ ਨਜ਼ਰ ਆਉਂਦੀਆਂ। ਕਹਿੰਦਾ ਜੀ ਮੈਨੂੰ ਵੀ ਸੇਵਾ ਦੇ ਦਿਓ ਤੇ ਦੇਤੀ। ਇਹ ਭਾਈ ਜੋਤ ਪੰਜ ਚੀਜ਼ਾਂ ਲਿਖੀਆਂ, ਮੈਂ ਬੋਲਣ ਲੱਗਾ ਬੜੇ ਧਿਆਨ ਨਾਲ ਸੁਣਿਆ। ਖੰਡੂਰ ਸਾਹਿਬ ਪਹਿਲੀ ਡਿਊਟੀ ਕਰਦਾ ਲੰਗਰ ਚ, ਕੋਈ ਰਸਦ ਆਵੇ ਉਹਨੂੰ ਸੰਭਾਲਦਾ ਹੈ। ਆਹ ਕੋਈ ਸਾਧਨ, ਕੋਈ ਆਟਾ ਲੈ, ਖੰਡ ਲੈ, ਚੀਜ਼ ਸੰਭਾਲਣੀ, ਸੰਗਤ ਦੀ ਚੀਜ਼ ਵੇਸਟ ਨਾ ਜਾ। ਦੂਜੀ ਡਿਊਟੀ ਲਿਖੀ ਭਾਈ ਵੀਰ ਸਿੰਘ ਜੀ ਨੇ, ਇਹ ਭਾਈ ਜੋਧ ਮਾਇਆ ਦਾ ਹਿਸਾਬ ਹੀ ਰੱਖਦਾ, ਕਿਸੇ ਨੇ ਨਗਦ ਦੇ ਤੇ ਨਾ ਇੰਨੀ ਸੇਵਾ ਲੰਗਰ ਚ ਪਾ ਲੈ, ਉਹ ਵੀ ਕਾਊਂਟ ਇਹਦੇ ਕੋਲ। ਤੀਜਾ ਲਿਖਿਆ ਲੰਗਰ ਬਣਾਉਣ ਵਿੱਚ ਵੀ ਹੱਥ ਵਟਾਉਂਦਾ ਹੈ ਇਹ ਭਾਈ ਜੋਧ। ਚੌਥਾ ਲਿਖਿਆ ਕੋਈ ਸਿੱਖ ਭੁੱਖਾ ਪਿਆਸਾ ਨਾ ਜਾਵੇ, ਇਹ ਵੀ ਧਿਆਨ ਰੱਖਦਾ। ਆਖੋ ਸਾਧੂ ਸਿੱਖ ਭੁੱਖਾ ਨਾ ਜਾਈਏ, ਇਸ ਘਰ ਦੀ ਸੋਭਾਈ ਕਰੇ। ਪੰਜਵਾਂ ਲਫ਼ਜ਼ ਲਿਖਿਆ ਸੰਗਤ ਦੀਆਂ ਜੂਠੀਆਂ ਪਤਲਾਂ ਵੀ ਚੁੱਕਦਾ ਹੈ ਭਾਈ ਜੋ। ਹੁਣ ਇਹ ਪੰਜ ਕੰਮ ਕਰਦਾ ਜੀ, ਕੌਣ ਰਸਦ ਵੀ ਸੰਭਾਲਣੀ, ਲੰਗਰ ਬਣਾਉਣ 'ਚ ਵੀ ਹੱਥ ਵਟਾਉਣਾ, ਕੋਈ ਸਿੱਖ ਚਲਾ ਨਾ ਜਾਵੇ ਭੁੱਖਾ ਪਿਆਸਾ ਉਹ ਵੀ ਧਿਆਨ ਰੱਖਣਾ, ਔਰ ਜੂਠੀਆਂ ਪਤਲਾਂ ਵੀ ਚੁੱਕਣੀਆਂ। ਹੁਣ ਕੰਨਾਂ ਨੂੰ ਹੱਥ ਲੱਗ ਜਾਂਦੇ ਜੀ। ਪੰਜ ਕੰਮ ਗੁਰੂ ਘਰ ਵਿੱਚ ਸਾਰਾ ਦਿਨ ਕਰਦਾ ਪਰ ਪ੍ਰਸ਼ਾਦਾ ਲੰਗਰ ਚੋਂ ਨਹੀਂ ਛਕਦਾ। ਕਿੱਥੋਂ ਛਕਦਾ? ਜਿਹੜੀਆਂ ਪਤਲਾਂ ਚੁੱਕ ਕੇ ਖੜਦਾ ਨਾ, ਜਿਹੜਾ ਥੋੜਾ ਬਹੁਤਾ ਸੰਗਤ ਦਾ ਜੂਠਾ ਰਹਿ ਜਾਂਦਾ ਨਾ, ਉਹਨੂੰ ਧੋ ਕੇ ਛੱਕ ਲੈਂਦਾ। ਕਿਸ ਵਾਸਤੇ? ਮੇਰਾ ਮਨ ਵਿੱਚ ਜਿਹੜਾ ਹੰਕਾਰ ਹੈ ਨਾ, ਵੀ ਮੇਰੀ ਜਾਤ ਉੱਚੀ ਏ, ਮਨਾ ਤੈਨੂੰ ਸੰਗਤ ਦਾ ਜੂਠਾ ਖਵਾਉਣਾ, ਤੇਰਾ ਜਾਤ ਦਾ ਹੰਕਾਰ ਖਤਮ ਹੋ ਜਾਵੇ। ਫੁਰਨਾ ਵਧੀਆ, ਫੁਰਨਾ ਮਾੜਾ ਨਹੀਂ। ਸੰਗਤ ਦਾ ਜੂਠਾ ਦੂਜਾ ਭੋਜਨ ਨਹੀਂ ਛਕਣਾ ਸਵੱਛ। ਆ ਮਨ ਦੀ ਹੰਕਾਰ ਮਰ ਜੇ ਜਾਤ ਦਾ, ਗੱਜ ਕੇ ਆਖੋ ਸਤਨਾਮ। ਇੱਕ ਦਿਨ ਮਾਤਾ ਜੀ ਨੂੰ ਪਤਾ ਲੱਗ ਗਿਆ, ਮਾਤਾ ਖੀਵੀ ਜੀ ਨੇ ਕਹਿਤਾ, ਆਖਿਆ ਬਈ ਏਡੀ ਵੱਡੀ ਡਿਊਟੀ ਸੰਭਾਲਦਾ ਲੰਗਰ ਕਿੱਥੋਂ ਛੱਡਦਾ? ਆ ਸੰਗਤ ਦਾ ਜਿਹੜਾ ਜੂਠਾ, ਤੂੰ ਲੰਗਰ ਦੂਜਾ ਛਕਿਆ ਕਰ ਸੋਚ। ਇਹਨੇ ਹੱਥ ਜੋੜ ਕੇ ਮੱਥਾ ਟੇਕਤਾ, ਮਾਤਾ ਜੀ ਮਾਫੀ ਦੇ ਦਿਓ, ਮੈਂ ਸੰਗਤ ਦਾ ਜੂਠਾ ਤਾਂ ਛਕਦਾ, ਮੇਰੀ ਮਨ ਅਭਿਮਾਨੀ ਹੋਇਆ ਪਿਆ ਵੀ ਮੈਂ ਬ੍ਰਾਹਮਣ ਹਾਂ, ਮੇਰੀ ਉੱਚੀ ਜਾਤ ਹੈ, ਇਹ ਮਨ ਦੀ ਜਿਹੜੀ ਹਉਮੈ ਦੀ ਮੈਲ ਮਰ ਜਾਵੇ, ਜਾਤ ਦੀ ਮੈਂ ਮਰ ਜਾਵੇ, ਇਹ ਜਾਤ ਦੀ ਮੈਂ ਮਰ ਜਾ, ਇੱਥੋਂ ਮੈਨੂੰ ਨਾ ਰੋਕੋ। ਕਹਿੰਦੇ ਮਾਤਾ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਇਹਨੇ ਤਾਂ ਵੀ ਮਾਫੀ ਮੰਗੀ, ਬਾਬਾ ਜੀ ਮੈਨੂੰ ਆਹ ਚੀਜ਼ ਤੋਂ ਨਾ ਰੋਕੋ। ਬਾਬਾ ਬੁੱਢਾ ਸਾਹਿਬ ਜੀ ਇੱਕ ਲਫ਼ਜ਼ ਕਹੇ, ਮੇਰਾ ਤਾਂ ਤੁਹਾਡੇ ਨਾਲ ਸਾਂਝੇ ਕਰਦਾ ਵੀ ਉਹਨਾਂ ਚੋਂ ਕੁਝ ਮਿਲਦਾ। ਬਾਬਾ ਬੁੱਢਾ ਜੀ ਮਾਤਾ ਖੀਵੀ ਜੀ ਨੂੰ ਉਸ ਭਾਈ ਜੋਧ ਬਾਰੇ ਬਚਨ ਕਹੇ ਕਿ ਇਹ ਜਿਹੜਾ ਭਾਈ ਜੋਧ ਹੈ, ਮਾਤਾ ਜੀ ਮਾਤਾ ਖੀਵੀ ਜੀ ਲਫ਼ਜ਼ ਸੁਣਿਓ, ਬਾਬਾ ਬੁੱਢਾ ਸਾਹਿਬ ਕਹਿੰਦੇ ਮਾਤਾ ਜੀ ਇਹ ਪਰਮ
ਪਰਮ ਲਫ਼ਜ਼ ਹੈ। ਪਿਛਲੇ ਵਾਰੀ ਸੁਣਿਆ ਸੀ ਨਾ ਅਰਜਨ ਨੂੰ ਕਿਹਾ ਸੀ ਕ੍ਰਿਸ਼ਨ ਨੇ, ਤੂੰ ਭਗਤ ਹੈ, ਉਹ ਮੇਰਾ ਪਰਮ ਭਗਤ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਮਾਤਾ ਖੀਵੀ ਜੀ, ਇਹ ਜਿਹੜਾ ਜੋਧ ਸਾਰੀ ਸੇਵਾ ਕਰਦਾ ਨਾ, ਇਹ ਪਰਮ ਨਿਰਲੋਭ ਪੁਰਸ਼ ਹੈ। ਆਖੋ ਸਤਨਾਮ। ਪਰਮ ਨਿਰਲੋਭ, ਲੋਭ ਤੋਂ ਪਰੇ ਪਰਮ ਹੋ ਗਿਆ। ਮਾਤਾ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਬੇਨਤੀ ਕਰਤੀ, ਮਹਾਰਾਜ ਜੀ ਸੇਵਾ ਪੰਜੇ ਡਿਊਟੀਆਂ ਬੜੀਆਂ ਸੰਭਾਲਦਾ ਪਰ ਲੰਗਰ ਨਹੀਂ ਛਕਦਾ। ਗੁਰੂ ਅੰਗਦ ਸਾਹਿਬ ਕਹਿੰਦੇ ਪ੍ਰਸ਼ਾਦਾ ਛਕ ਰਹੇ ਸੀ, ਇਹ ਕੋਲ ਬੈਠਾ ਸੀ। ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦਾ ਮਹਾਰਾਜ ਆ ਤੁਹਾਡੇ ਲੰਗਰ ਦੇ ਭੰਡਾਰਿਆਂ ਚੋਂ ਹੀ ਆਖੋ ਸਤਨਾਮ ਬਚੀ ਖੁਚੀ ਦਾਤ ਮਿਲ ਜਾਂਦੀ। ਇਹ ਲੰਗਰ ਦੇ ਭੰਡਾਰਿਆਂ ਚੋਂ ਬਚੀ ਖੁਚੀ ਦਾਤ ਮਿਲ ਜਾਂਦੀ। ਤੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਦਾ ਭੋਜਨ ਕਿਉਂ ਛਕਦਾ? ਗੁਰੂ ਅੰਗਦ ਸਾਹਿਬ ਕਹਿੰਦਾ ਮਹਾਰਾਜਾ ਮਨ ਬੜਾ ਬਿਮਾਨੀ ਹੈ, ਜਾਤ ਦਾ ਹੋਰ ਕਈ ਤਰ੍ਹਾਂ ਦੇ ਹੋਮੇ ਦਾ, ਇਹਦਾ ਅਪਮਾਨ ਖਤਮ ਹੋ ਜਾਵੇ। ਆ ਸੰਗਤ ਦਾ ਜੂਠਾ ਲੰਗਰ ਮੇਰੇ ਮਨ ਨੂੰ ਦਾਰੂ ਬਣ ਕੇ ਲੱਗੇ, ਦਾਰੂ ਬਣੇ ਤਾਂ ਮਹਾਰਾਜ ਇਹਦਾ ਅਪਮਾਨ ਬੜੀਆਂ ਚਾਲਾਂ ਮਾਰ। ਗੁਰੂ ਅੰਗਦ ਸਾਹਿਬ ਕਹਿੰਦੇ ਤੂੰ ਮਾਇਆ ਦੀ ਝਾਕ ਨਹੀਂ ਰੱਖੀ ਗੁਰੂ ਘਰ, ਤੂੰ ਨਿਮਰਤਾ ਚ ਸੇਵਾ ਕਰਦਾ ਰਿਹਾ, ਸੰਗਤ ਦੀਆਂ ਖੁਸ਼ੀਆਂ ਦਾ ਸਦਕਾ ਤੇਰਾ ਜਾਤ ਦਾ ਅਪਮਾਨ ਹੁਣ ਦੂਰ ਹੋ ਚੁੱਕਿਆ, ਹੁਣ ਦੂਰ ਹੋ ਚੁੱਕਿਆ। ਤੇਰੀ ਘਾਲ ਥਾਂ ਪਈ ਹੈ, ਉਰੇ ਆ, ਇਹ ਲਫ਼ਜ਼ ਲਿਖੇ ਪਾਈ ਵੀ, ਤੇਰੀ ਘਾਲ ਥਾਂ ਪਈ ਉਰੇ ਆ, ਗੱਲ ਕਰ ਰਿਹਾ ਹੋਣਾ ਦੋ ਚਾਰ ਫੁੱਟ ਤੋਂ। ਇਹ ਜਦੋਂ ਉਰੇ ਆਇਆ ਤੇ ਇਹਨੇ ਮੱਥਾ ਟੇਕਤਾ ਮਹਾਰਾਜ ਦੇ ਚਰਨਾਂ ਤੇ, ਮੱਥਾ ਟੇਕਤਾ ਤੇ ਲਿਖਿਆ, ਕਹਿੰਦੇ ਜਦੋਂ ਮੱਥਾ ਟੇਕਦਾ ਭਾਈ ਜੋਧ ਨੇ, ਗੁਰੂ ਅੰਗਦ ਦੇਵ ਜੀ ਨੇ ਸਿਰ ਤੇ ਹੱਥ ਰੱਖਿਆ, ਹੱਥ ਰੱਖਣ ਦੀ ਦੇਰ ਚ ਸੀ ਤੇ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੱਥ ਰੱਖਣ ਦੀ ਦੇਰ ਸੀ, ਹਿਰਦੇ ਚ ਨਾਮ ਚਲਾ ਦਿੱਤਾ ਹਿਰਦੇ ਚ। ਆਖੋ ਸਤਨਾਮ। ਚੱਲ ਪਿਆ ਆ ਜਿਹੜਾ ਪੰਜਵਾਂ ਜਾਪ, ਇਹ ਉਹਦਾ ਕੋਈ ਪਤਾ ਨਹੀਂ ਜੇ, ਉਹ ਸਿੱਧਾ ਤੁਹਾਨੂੰ ਦਸਵੀਂ ਚ ਵੀ ਲੈ ਸਕਦਾ, ਸਿੱਧਾ ਤੁਹਾਨੂੰ ਕੱਚੀ ਚ ਵੀ ਲਿਆ ਸਕਦਾ, ਸਿੱਧਾ ਐਮ ਏ ਚ ਵੀ ਲਿਜਾ ਸਕਦਾ। ਆਖੋ ਸਤਨਾਮ। ਅਸੀਂ ਸਿਰਫ ਅਵਸਥਾ ਸੁਣ ਰਹੇ ਹਾਂ ਕਿੱਥੇ ਕਰਕੇ ਹੈਗੇ, ਇੰਨੇ ਸਾਲ ਹੋ ਗਏ ਕਿੱਥੇ। ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਹਿਰਦੇ ਚ ਜਾਪ ਚਲਾਤਾ, ਚੱਲ ਪਿਆ ਸਿਮਰਨ ਵਾਹਿਗੁਰੂ ਵਾਹਿ, ਹਿਰਦੇ ਚੱਲ ਪਿਆ। ਜਦੋਂ ਜਾਪ ਚੱਲ ਪਿਆ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹੁਣ ਤੇਰੇ ਹਿਰਦੇ ਤੇ ਵਾਹਿਗੁਰੂ ਬਹਿ ਗਿਆ, ਉਸ ਵਾਹਿਗੁਰੂ ਨੂੰ ਸੁੱਚਾ ਅੰਨ ਭੇਟ ਕਰਨਾ। ਆਖੋ ਸਤਨਾਮ। ਉਸ ਵਾਹਿਗੁਰੂ ਨੂੰ ਹੁਣ ਸੁੱਚਾ ਅੰਨ ਭੇਟ ਕਰਨਾ, ਸੰਗਤ ਦੀ ਸੇਵਾ ਨਾਲ ਜਾਤ ਦਾ ਅਪਮਾਨ ਤੇਰਾ ਖਤਮ। ਆ ਜਿਹੜਾ ਹੁਣ ਹਿਰਦੇ ਤੇ ਜਾਪ ਚੱਲ ਪਿਆ ਤੇ ਹੁਣ ਉਹ ਜਿਹੜਾ ਹਿਰਦੇ ਤੇ ਬਹਿ ਗਿਆ ਨਾ, ਉਹਨੂੰ ਸੁੱਚਾ ਅੰਨ ਭੇਟ ਕਰਨਾ। ਤੁਸੀਂ ਅੰਦਾਜ਼ਾ ਲਾ ਲਓ ਉਹ ਜਿਹੜਾ ਹਿਰਦੇ ਚ ਜਾਪ ਚੱਲ ਪਿਆ, ਸਿਮਰਨ ਚੱਲ ਪਿਆ, ਰਸ ਚੱਲ ਪਿਆ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਹ ਭਾਈ ਜੋਧ ਦਾ ਨਾਂ ਦਰਜ ਕੀਤਾ। ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾ, ਕਿ ਜਿਹੜਾ ਇਹਦਾ ਹਿਰਦੇ ਦੇ ਜਾਪ ਤੱਕ ਪਹੁੰਚ ਗਿਆ ਕਿੱਡੀ ਵੱਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਨੇ ਇਹਦਾ ਨਾਂ ਆਪਣੀਆਂ ਵਾਰਾਂ ਚ ਦਰਜ ਕੀਤਾ। ਜੋਧ ਰਸੋਈਆ ਦੇਵਤਾ, ਜੋਧ ਰਸੋਈਆ ਦੇਵਤਾ, ਜੋਧ ਰਸੋਈਆ ਦੇਵਤਾ, ਜੋਧ ਰਸੋਈਆ ਦੇਵਤਾ। ਉਹ ਭੈਣੋ ਜੋਧ ਰਸੋਈਆ,
ਪਈਆ ਗੁਰ ਸੇਵਾ ਕਰ ਪੁੱਤਰ ਤਾਰੀ ਗੁਰ ਸੇਵਾ ਕਰ ਪੁੱਤਰ ਤਾਰੀ ਗੁਰ ਸੇਵਾ ਕਰ ਪੁੱਤਰ ਪੰਜਵੀਂ ਅਵਸਥਾ ਗੁਰੂ ਅੰਗਦ ਦੇਵ ਜੀ ਚੋਣ ਪ੍ਰਸੰਨ ਹੋ ਜਾਣ ਤੁਹਾਡੀ ਨਿਮਰਤਾ ਵੇਖ ਕੇ ਸਿੱਧਾ ਪੰਜਵੀਂ ਚ ਵੀ ਪਹੁੰਚਾ ਸਕਦੇ ਆਓ ਸਾਰੇ ਅੰਦਰੋਂ ਬੇਨਤੀ ਕਰੀਏ ਮੰਗ ਕਰੀਏ ਮੋਰੇ ਹਿਰਦੇ ਵਸੋ ਦਿਲ ਤੇ ਕਰਦਾ ਸੀ ਬੜੇ ਪ੍ਰਮਾਣ ਦਈਏ ਘੜੀ ਭਜ ਰਹੀ ਆ ਕਿਰਪਾ ਨਿਧ ਵਸੋ ਰਿਦੇ ਪੰਜਵੀਂ ਅਵਸਥਾ ਇਹ ਕਿਰਪਾ ਨਿਧ ਮੇਰੇ ਹਿਰਦੇ ਚ ਵੀ ਵਸੋ ਸਿਮਰਨ ਚ ਕਿਰਪਾ ਨਿਧ ਵਸੋ ਰਿਦੇ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਤ ਸਤਿਗੁਰਾਂ ਅੱਗੇ ਬੇਨਤੀ ਕਰੀਏ ਮੋਰੇ ਹਿਰਦੇ ਵਸੋ ਮਹਾਰਾਜ ਸਾਡੇ ਹਿਰਦੇ ਚ ਵੀ ਵਸੋ ਸਾਰੇ ਬੜੇ ਪਿਆਰ ਨਾਲ ਬੇਨਤੀ ਕਰੀਏ ਜੀ ਫਿਰ ਸਮਾਪਤੀ ਹੈ ਮੋਰੇ ਹਿਰਦੇ ਵਸੋ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੇ ਵਸੋ ਕਰਕੇ ਹਰ ਹਰ ਤੇਰੀ